दोस्तों एक चड़ूनी का जो बयान आया ना भी पंजाब दे किसान चोणा लड़न ये ते बड़ा रौला पै गया। जिहड़ियां पंजाब दियां पार्टियां वाले आ सोशल मीडिया ते फेसबुक आईडियां चलाउंदे आ ਉਹ ਵੱਡੇ ਵੱਡੇ ਕਮੈਂਟ ਕਰਨ ਲੱਗ ਗਏ ਜੀ ਮੋਰਚਾ ਫੇਲ ਹੋ ਜੂ, ਐ ਹੋ ਜੂ, ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਵਿੱਚ ਮੈਨੂੰ ਲੱਗਦਾ ਸਾਰੇ ਯੂਨੀਅਨ ਲੀਡਰਾਂ ਨੇ ਵੀ ਕਿਹਾ ਹੋਊ ਪੰਜਾਬ ਦਿਆਂ ਨੇ ਵੀ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਹਾਲਾਂਕਿ ਚੜੂਨੀ ਕਹਿੰਦਾ ਚੋਣਾਂ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਲੜਨੀਆਂ ਚਾਹੀਦੀਆਂ। ਮੈਂ ਚੜੂਨੀ ਦੇ ਬਿਆਨ ਨਾਲ ਪ੍ਰਧਾਨ ਦੇ ਬਿਆਨ ਨਾਲ ਸਹਿਮਤ ਹਾਂ। ਕਿਉਂ ਸਹਿਮਤ ਹਾਂ? ਜੇ ਅੱਜ ਆਪਾਂ ਨੂੰ ਬਾਰਡਰਾਂ ਤੇ ਆਪਾਂ 7-8 ਮਹੀਨਿਆਂ ਦੇ ਬੈਠੇ ਹਾਂ, 3 ਮਹੀਨੇ ਪੰਜਾਬ 'ਚ ਅੰਦੋਲਨ ਕੀਤਾ, 1 ਸਾਲ ਅੰਦੋਲਨ ਕੀਤਾ, ਉਹ ਇਹ ਲੀਡਰਾਂ ਦੀ ਦੇਣ ਆ। ਜਿਹੜੇ ਆਪਾਂ MLA ਬਣਾਏ ਸੀ ਜਾਂ MP ਬਣਾਏ ਸੀ ਉਹਨਾਂ ਨੇ ਜਦੋਂ ਕੱਖ ਨਹੀਂ ਕੀਤਾ ਆਪਣੇ ਵਿਰੁੱਧ, ਜਿਹੜੇ ਆਹ ਤਕੜੇ ਪ੍ਰਾਈਵੇਟ ਘਰਾਣੇ ਆ, ਅਮੀਰ ਬੰਦੇ ਆ, ਇਹਨਾਂ ਨਾਲ ਰਲ ਕੇ ਆਪਣੇ ਵਿਰੁੱਧ ਕਾਨੂੰਨ ਲਿਆਉਂਦੇ ਰਹੇ, ਹਨਾ? ਸਾਰਿਆਂ ਨੂੰ ਪਤਾ ਗਾ ਜਦੋਂ ਇਹਨਾਂ ਨੇ ਆਪਣਾ ਕੱਖ ਨਹੀਂ ਕੀਤਾ ਤੇ ਫਿਰ ਇਹਨਾਂ ਨੂੰ ਵੋਟਾਂ ਪਾਉਣ ਦਾ ਫਾਇਦਾ ਕੀ ਆ? ਗੱਲ ਇੱਕ ਹੋਰ ਸੁਣ ਲਓ, ਵਿੱਚ ਕਈ ਆਉਂਦੇ ਵੀ ਜੇ ਚੋਣਾਂ 'ਚ ਖੜੇ ਹੋ ਗਏ ਉੱਥੇ ਮੋਰਚਾ ਕੌਣ ਲੜੂ ਜੀ, ਮੋਰਚਾ ਹਾਰ ਜਾਂਗੇ। ਓਏ ਪਤੰਦਰ ਕਮਾਲ ਆ ਯਾਰ ਤੁਹਾਡੀ, ਮੋਰਚੇ 'ਚ ਕਿਹੜਾ ਆਪਣਾ ਹਜੇ ਨਿਬੜੀ ਜਾਂਦਾ? ਬਹੁਤ ਇਕੱਠ ਆ ਉੱਥੇ, ਕੁਛ ਉੱਥੇ ਬੈਠੇ ਰਹਿਣੇ, ਕੁਛ ਚੋਣਾਂ ਲੜੀ ਜਾਣਗੇ। ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਜੇ ਸੰਯੁਕਤ ਮੋਰਚਾ ਕਾਲੜਾ ਫੈਸਲਾ ਲੈ ਲੇ ਵੀ ਭਰਾਵੋ ਅਸੀਂ ਪਿੰਡਾਂ 'ਚ ਆ ਨਹੀਂ ਸਕਦੇ ਵੋਟਾਂ ਮੰਗਣ, ਅਸੀਂ ਦਿੱਲੀ ਤੋਂ ਉੱਥੋਂ ਬੰਦੇ ਖੜੇ ਕਰਾਂਗੇ 117 ਦੇ 17, ਤੁਸੀਂ ਉਹਨਾਂ ਨੂੰ ਵੋਟਾਂ ਪਾਉਣੀਆਂ, ਕਿਸਾਨਾਂ 'ਚੋਂ ਘੈਂਟ ਬੰਦੇ ਖੜਾਂਗੇ। ਪਹਿਲੀ ਗੱਲ, ਬੱਤੀ ਦਾ ਇਹ ਆਪ ਹੀ ਬੱਤੀ ਇਹ ਖੜੇ ਹੋਣ। ਜੇ ਨਹੀਂ ਇਹਨਾਂ ਨੂੰ ਲੱਗਦਾ ਵੀ ਜੁਨੀਆ ਨਹੀਂ ਰੱਖਣੀ ਆ, ਇੱਕ ਮੰਨ ਲਓ ਵੀ ਸਿਆਸਤ ਤੇ ਇੱਕ ਕੁੰਡਾ ਰੱਖਣਾ ਗਾ ਵੀ ਸਹੀ ਕੰਮ ਕਰਨ ਸਿਆਸੀ ਬੰਦੇ, ਤੇ ਇਹ ਆਪਦਾ ਕੁੰਡਾ ਰੱਖੀ ਰੱਖਣ ਜੁਨੀਆ ਦਾ, ਫਿਰ ਇਹ ਬੰਦੇ ਖੜੇ ਕਰ ਦੇਣ ਜਿਹੜੇ ਘੈਂਟ ਆ ਕਿਸਾਨਾਂ ਦੇ। ਨਾਲੇ ਪਤਾ ਲੱਗ ਜੂ ਵੀ ਇਹ ਤਿੰਨੇ ਪਾਰਟੀਆਂ ਕਿਸਾਨਾਂ ਦੇ ਹੱਕ 'ਚ ਆ ਕਿ ਨਹੀਂ। ਜੇ ਇਹਨਾਂ ਨੇ ਕਿਸਾਨਾਂ ਦੇ ਵਿਰੁੱਧ ਬੰਦੇ ਖੜੇ ਕਰਤੇ ਤਿੰਨੇ ਪਾਰਟੀਆਂ ਨੇ, ਫਿਰ ਪਤਾ ਲੱਗ ਜੂ ਵੀ ਇਹ ਕਿਸਾਨਾਂ ਦੇ ਵਿਰੋਧ 'ਚ ਹੀ ਆ। ਜਾਂ ਫਿਰ ਇਹਨਾਂ ਪਾਰਟੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਨਹੀਂ, ਜੁਨੀਅਨ ਚੋਣਾਂ ਲੜਦੀ ਮੰਨ ਲਓ ਜੇ ਤੁਹਾਨੂੰ ਲੱਗਦਾ, ਪਹਿਲੀ ਗੱਲ ਤਾਂ ਲੜਨੀਆਂ ਚਾਹੀਦੀਆਂ। ਜੇ ਤੁਹਾਨੂੰ ਨਹੀਂ ਇਹਨਾਂ ਨੂੰ ਤੁਸੀਂ ਚੋਣਾਂ ਲੜਨਾ, ਤੁਸੀਂ ਕੰਮ ਕਰ ਦਿਓ। ਤੁਸੀਂ ਇੱਥੇ 13 MP ਆ, 7 ਰਾਜ ਸਭਾ ਮੈਂਬਰ ਆ, 117 MLA ਆ, ਸਾਰੇ ਜਾ ਕੇ ਮੋਦੀ ਦੇ ਮੂਹਰੇ, ਸਾਂਸਦ ਦੇ ਮੂਹਰੇ ਬੈਠੋ ਕਿ ਯਾਰ ਸਾਡਾ ਕਿਸਾਨਾਂ ਦਾ ਹੱਲ ਹੋਵੇ। ਕਮਾਲ ਆ ਯਾਰ। ਹੁਣ ਲੋਕ ਲਿਖੀ ਜਾਂਦੇ ਵੱਡੇ ਵੱਡੇ ਲੇਖ ਵੀ ਧਰਨਾ ਫੇਲ ਹੋ ਜੂ ਜੀ, ਐਂ ਹੋ ਜੂ, ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਮੈਂ ਤਾਂ ਕਹਿੰਦਾ ਲੜਨੀਆਂ ਚਾਹੀਦੀਆਂ। ਆਪਾਂ ਬਾਰਡਰਾਂ ਤੇ ਬੈਠੇ ਕਿਉਂ? ਇਹਨਾਂ ਨੇ ਬਹਾਏ ਆ। ਜੇ ਕਿਤੇ ਆਪਣੀ ਸਿਆਸਤ ਵਧੀਆ ਹੁੰਦੀ, ਲੀਡਰ ਵਧੀਆ ਹੁੰਦੇ, ਨਾ ਚੋਰ ਠੱਗ ਹੁੰਦੇ, ਸਹੀ ਹੁੰਦੇ, ਤੇ ਅੱਜ ਆਪਾਂ ਨੂੰ ਬਾਰਡਰਾਂ ਤੇ ਬੈਠਣ ਦੀ ਲੋੜ ਨਹੀਂ। ਪਰ ਜਿਹੜੇ ਚਮਚੇ ਹੁੰਦੇ ਲੀਡਰਾਂ ਦੇ, ਉਹਨਾਂ ਨੇ ਖਾੜਾ ਚੱਕ ਵੀ ਦਿੱਤਾ, ਫੇ ਗਾੜੀਆਂ ਤੋਂ ਲਾ ਕੇ ਕਮੈਂਟ ਕਰਨਾ ਜਿਹੜਾ ਫੰਡ ਖਾ ਕੇ ਦੁਨੀਆ ਨੂੰ ਜੀ, ਇਹ ਤਾਂ ਰਾਜਨੀਤੀ 'ਚ ਆਉਣ ਦੇ ਮਾਰਿਆਂ ਨੇ ਧਰਨਾ ਦਿੱਤਾ ਸੀ। ਯਾਰ ਆ ਜਾਣ ਰਾਜਨੀਤੀ 'ਚ, ਫਿਰ ਤੁਹਾਡੇ ਨਾਲ ਤਾਂ ਸਹੀ ਰਹਿਣਗੇ। ਗੰਦ ਨੂੰ ਸਾਫ਼ ਕਰਨ ਲਈ ਗੰਦ 'ਚ ਉਤਰਨਾ ਪੈਂਦਾ, ਫਿਰ ਸੁੱਟ। ਚਲੋ ਠੀਕ ਹੈ, ਜੇ ਤੁਹਾਨੂੰ ਲੱਗਦਾ ਵੀ ਜੁਨੀਆ ਨਾਲੇ ਰਾਜਨੀਤੀ 'ਚ ਆਉਣ ਨੂੰ ਕਰਦੇ ਜੀ ਫੰਡ ਖਾ ਗਏ, ਤੁਹਾਡੇ ਨਾਲ ਤਾਂ ਫੇਰ ਵੀ ਚੰਗੇ ਆ। ਤੁਸੀਂ ਦੱਸੋ ਕਿਹੜੀ ਸੜਕ ਘੇਰੀ ਆ ਉੱਥੇ ਦਿੱਲੀ 'ਚ ਕਿਸਾਨਾਂ ਲਈ? ਹੁਣ ਇਸ ਟਾਈਮ ਕੀ ਕੁਛ ਹੋ ਰਿਹਾ ਤੁਹਾਨੂੰ ਪਤਾ? ਕੋਈ ਤਾਂ ਬੰਦਾ ਆਪਦੀ ਟੋਟਾ ਪਾਉਣ ਦੀ ਖਾਤਰ ਕੇਬਲ ਲਈ ਜਾਂਦਾ, ਕੋਈ ਬੈਂਡ ਲਈ ਜਾਂਦਾ, ਮੰਨ ਲਓ ਮੰਡੀ ਤੋਂ, ਬਠਿੰਡੋਂ, ਜਲੰਧਰੋਂ, ਜਿੱਥੇ ਵੀ ਨੇੜੇ ਅਗਲੇ ਨੂੰ ਸ਼ਹਿਰ ਲੱਗਦੇ ਆ। ਕੋਈ ਆਪਦਾ ਕਾਲੇ ਤੇਲ ਵਾਲਾ ਇੰਜਣ ਖੋਲੀ ਬੈਠਾ, ਕਿਸੇ ਦੇ ਤੇੜਾਂ ਪਈਆਂ ਪਈਆਂ ਜਨਰੇਟਰ ਲਾਈ ਬੈਠਾ ਗਾ, ਤੇ ਤੁਸੀਂ ਉੱਧਰ ਤਾਂ ਉਹਨਾਂ ਦਾ ਖਿਆਲ ਨਹੀਂ ਵੀ ਬਿਜਲੀ ਨਹੀਂ ਆਉਂਦੀ। ਤੁਸੀਂ ਪਿੰਡਾਂ 'ਚ ਆਈ ਜਾਂਦੇ ਹੋ, ਮੁੜ ਕੇ ਉਹਨਾਂ ਨਾਲ ਝੁੱਟੀ ਦੇਖੀ ਜਾਂਦੇ ਹੋ ਕਿਸਾਨਾਂ ਨਾਲ, ਕਿਸਾਨ ਤੁਹਾਨੂੰ ਘੇਰ ਲੈਂਦਾ, ਫਿਰ ਤੁਸੀਂ ਗੰਨ ਮੈਣਾ ਉਹਦੇ ਪਿੱਛੇ ਪਾ ਦਿੰਦੇ ਹੋ। ਉਹ ਵੋਟਾਂ, ਚਲੋ ਜੇ ਤੁਸੀਂ ਵੋਟਾਂ ਲੈਣੀਆਂ ਤਾਂ ਨੇੜੇ ਆ ਕੇ ਆ ਜਾਓ, ਵੋਟਾਂ ਪਿੰਡਾਂ 'ਚ ਹੁਣੀ ਕਿਉਂ ਆਉਣਾ? ਹੁਣ ਤਾਂ ਸਾਡੇ ਬਜ਼ੁਰਗ ਹੀ ਬਾਰਡਰਾਂ ਤੇ ਬੈਠੇ ਯਾਰ, ਕਮਾਲ ਆ। ਸਾਡਾ ਵੀ ਹੱਲ ਹੋਵੇ ਨਾ ਪਹਿਲਾਂ ਕੋਈ। ਮੈਂ ਤਾਂ ਸਿੱਧਾ ਕਹਿੰਦਾ ਵੀ ਯਾਰ ਲੜਨ ਕਿਸਾਨ ਚੋਣਾਂ। ਇਹਨਾਂ ਨੂੰ ਤਾਂ ਹੁਣ ਜਿਹੜੇ ਬੰਦੇ ਏਸੀਆਂ 'ਚ ਰਹਿੰਦੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ। ਵਿੱਚ ਤਾਂ ਅਸੀਂ ਖੁਸ਼ ਹੋਈ ਗਏ, ਪਹਿਲਾਂ ਵੀ ਬਹੁਤ ਵਧੀਆ ਕਾਨੂੰਨ ਆ ਗਏ, ਬਾਕੀ ਪ੍ਰਾਈਵੇਟਾਂ ਨਾਲ ਰਲੇ ਹੋਏ ਸੀ ਇਹ, ਜਿਹੜੇ ਵਾਨੀ ਉਡਾਨੀ ਉਹਨਾਂ ਨਾਲ ਲੀਡਰ ਰਲੇ ਹੋਏ ਸੀਗੇ, ਠੀਕ ਆ। ਹੁਣ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਲੜਨ ਯਾਰ ਕਿਸਾਨ ਯੂਨੀਅਨ ਵਾਲੇ, ਹਿੱਕ ਠੋਕ ਕੇ ਸਪੋਰਟ ਕਰਾਂਗੇ। ਪਿੰਡਾਂ 'ਚ ਵੀ ਆਉਣ ਦੀ ਲੋੜ ਨਹੀਂ ਤੁਸੀਂ ਯੂਨੀਅਨ ਵਾਲੇ, ਮੋਰਚਾ ਤਾਂ ਦਿੱਲੀ ਸਾਹਮਣਾ, ਇੱਥੇ ਲੋਕ ਤੁਹਾਨੂੰ ਆਪੇ ਜਿਤਿਆ ਦੇਣਗੇ। ਨਾਲੇ ਪਤਾ ਲੱਗ ਜੂ ਲੋਕ ਕਿੰਨੇ ਕਾ, ਵੀ ਸੁੱਕੇ ਜੀ ਤੁਸੀਂ ਬਾਰਡਰ ਤੇ ਧਰਨਾ ਲਈ ਬੈਠੇ, ਤੁਹਾਡੇ ਨਾਲ ਲੋਕ ਹੈਗੇ ਕਹੇ ਨਹੀਂ। ਨਾਲੇ ਪਤਾ ਲੱਗ ਜੂ ਵੀ ਇਹਨਾਂ ਪਿੱਛੇ ਆਪਾਂ ਮਰ ਰਹੇ ਹਾਂ 7-8 ਮਹੀਨਿਆਂ ਦੇ ਠੰਡ ਗਰਮੀ 'ਚ, ਵੀ ਇਹ ਆਪਦੀ ਜ਼ਮੀਨ ਲਈ ਖੜੇ ਆ ਕਿ ਨਹੀਂ, ਪਰ ਸਹੀ ਦੀ ਖੜੇ ਹੋਣੇ ਇਹਨਾਂ ਦਾ ਕੋਈ ਪਤਾ ਵੀ ਨਹੀਂ। ਮੇਰੀ ਗੱਲ ਸੁਣ, ਸਾਹਮਣੇ ਤੁਹਾਡੀਆਂ ਲੀਡਰ ਜ਼ਮੀਨਾਂ ਵੇਚ ਆਏ ਮੋਦੀ ਨੂੰ, ਵਾਨੀ ਉਡਾਨੀ ਨੂੰ, ਹਜੇ ਵੀ ਪਤੰਦਰ ਘਰੇ ਸੱਦ ਕੇ ਠੰਡੇ ਪਈ ਜਾਂਦੇ, ਲੀਡਰਾਂ ਨੂੰ ਕਾਜੂ ਖਵਾਈ ਜਾਂਦੇ, ਕੋਈ ਹੱਲ ਨਹੀਂ ਭਰਾਵੋ ਤੁਹਾਡਾ। ਮੈਂ ਤਾਂ ਤੁਸੀਂ ਆਪ ਸਾਰਾ ਪੰਜਾਬ ਕਹੋ ਵੀ ਕਿਸਾਨ ਲੀਡਰ ਖੜੇ ਹੋਣ ਤੇ ਇਹਨਾਂ ਨੂੰ ਜਿਤਾਈਏ, ਜਿਤਨੇ ਜ਼ਰੂਰੀ ਵੀ ਆ। ਚੜੂਨੀ ਦਾ ਜਿਹੜਾ ਬਿਆਨ ਆ ਉਹ ਸਹੀ ਆ, ਉਹਨੂੰ ਗਲਤ ਨਾ ਕਹੋ। ਸੋਸ਼ਲ ਮੀਡੀਆ ਤੇ ਜਿਹੜੇ ਪਾਰਟੀਆਂ ਦੇ ਬੰਦੇ ਬੈਠੇ, ਵੱਡੇ ਵੱਡੇ ਲੇਖ ਲਿਖੀ ਜਾਂਦੇ ਕਿਲੋ ਕਿਲੋਮੀਟਰ ਵਾਟ ਦਾ,
ਵੀ ਇਹ ਚੋਣਾਂ ਨੀ ਇਹਨਾਂ ਨੂੰ ਲੜਨੀਆਂ ਚਾਹੀਦੀਆਂ ਜੇ ਚੋਣਾਂ ਚਾਉਣ ਦੇ ਮਾਰੇ ਕਰਦੇ ਐਂ ਕਰਦੇ ਅਸਿਆ ਫਿਰ ਤੁਹਾਨੂੰ ਜਿਹੜੇ ਤੁਸੀਂ ਅਮੀਰ ਆ ਰਜਵਾੜੇ ਅਸਾਂ ਸੁਣੀ ਕੁਰਸੀ ਚਾਹੀਦੀ ਆ ਆਮ ਘਰਾਂ ਦੇ ਧੀ ਪੁੱਤ ਨੀ ਕੁਰਸੀ ਤੇ ਬੈਠ ਸਕਦੇ ਮੈਂ ਤਾਂ ਕਹਿਣਾ ਕਿਸਾਨ ਲੀਡਰਾਂ ਨੂੰ ਵੀ ਚੋਣਾਂ ਲੜਨ ਧੰਨਵਾਦ ਜੀ ਜੇ ਵਧੀਆ ਲੱਗੀ ਸ਼ੇਅਰ ਕਰ ਦਿਓ ਨਹੀਂ ਨਾ ਕਰੋ ਚੜੂਨੀ ਦਾ ਬਿਆਨ ਸਹੀ ਆ ਯਾਰ ਚੜੂਨੀ ਹਰਿਆਣੇ ਤੋਂ ਚੋਣਾਂ ਲੜੇ ਟਕੈਤ ਲੜੇ ਯੂਪੀ ਤੋਂ ਪੰਜਾਬ ਵਾਲੇ ਕਿਸਾਨ ਲੀਡਰ ਪੰਜਾਬ ਤੋਂ ਲੜਨ ਕਿਉਂ ਕਿਉਂ ਅਮੀਰ ਰਜਵਾੜਿਆਂ ਨੂੰ ਕੁਰਸੀਆਂ ਚਾਹੀਦੀਆਂ ਆਮ ਘਰਾਂ ਦੇ ਧੀ ਪੁੱਤ ਲੀਡਰ ਬਣ ਨਹੀਂ ਸਕਦੇ ਜੇ ਤੁਸੀਂ ਇੰਨੇ ਘੈਂਟ ਹੁੰਦੇ ਸਾਨੂੰ ਬਾਰਡਰਾਂ ਤੇ ਨਾ ਪਾਉਂਦੇ ਤੁਸੀਂ ਲੀਡਰ ਹੀ ਸਹੀ ਹੁੰਦੇ ਅਸਲ ਸਿਆਸਤ ਨਹੀਂ ਸਾਰੇ ਕਾਨੂੰਨ ਲਿਆਂਦੇ ਜੇ ਸਿਆਸਤ ਗੰਦਲੀ ਸੀ ਤਾਂ ਸਿਆਸਤ ਬਦਲਣ ਲਈ ਮੂਹਰੇ ਆਓ ਯਾਰ ਚੋਣਾਂ ਲੜੋ ਮੈਂ ਤਾਂ ਇਹੀ ਬੇਨਤੀ ਕਰਦਾ।